من الشيطان اللعين الرجيم. بسم الله الرحمن الرحيم. صلوات الله. الحمد لله رب العالمين، والصلاة والسلام على أنبيائه ورسله أجمعين. صلوات الله. وخير خلقه مولانا وشفينا وطبيب قلوبنا وابي القاسم محمد الذي كان نبيا وآدم بين الماء والتين وآله الطيبين الطاهرين المعصومين. صلوات ديك صلوات برمان. ديك صلوات اور پال. وعلى وزيره وخليفته وابن أمه أمير المؤمنين وإمام المتقين علي ولي الله. صلوات بر ولي ذاتنا. الصلاة والسلام على سيدات الجليلات المخدومات المظلومات المحرومات حق ميراث ابيا فاطمه الزهراء. اللهم سيدات النساء العالمين. كل دينا صلوات ربي فادنا. الصلاة والسلام على حسين الغريب المظلوم مقتول المجروح بأرض كربلاء وأخته زينب الذي قال وقت ودائه من الخيام يا زينب ويا أم كلثوم ويا سكينة عليكن من السلام ولعنة الله على أعدائهم أجمعين من يوم هذا إلى يوم الدين. أما بعد فقد قال رسول الله صلى الله عليه وآله وسلم حسين مني وأنا من الحسين. صلوات ديك صلوات إمام حسين. بعد مردن مجھے دیوانہ بنا دے یا رب میری نکھی ربائی نہیں ہے قبلہ و کعبہ سید محسن نقوی دی لکھی ربائی نہیں ہے جناب دبیر دی لکھی ربائی یہ نہیں اے رب الکلام جناب حضرت انیس دی ربائی جناب انیس نے ایک دعا منگی ہے
ਉਹ ਦੁਆ ਤੁਹਾਨੂੰ ਮੈਂ ਸੁਣਾਉਣ ਲੱਗਾ। ਫਰਮੈਂਦਨ ਬਾਦ ਮੁਰਦਨ ਮੁਝੇ ਦੀਵਾਨਾ ਬਣਾ ਦੇ ਯਾ ਰੱਬ। ਫਰਮਾਂਦਨ ਕਿ ਮਰਨ ਦੇ ਬਾਅਦ ਮੇਰੇ ਅੱਲਾਹ ਮੈਨੂੰ ਦੀਵਾਨਾ ਬਣਾ ਦੇ, ਮਰਨ ਦੇ ਬਾਅਦ ਮੈਨੂੰ ਦੀਵਾਨਾ ਬਣਾ ਦੇ। ਕਿਉਂ? ਬਾਦ ਮੁਰਦਨ ਮੁਝੇ ਦੀਵਾਨਾ ਬਣਾ ਦੇ ਯਾ ਰੱਬ। ਕਿਉਂ? ਤਾਂ ਕਿ ਮੈਂ ਆਮਾਲ ਦਿਖਾਈ ਨਾ ਸਕੂੰ। ਪੂਰੀ ਤਵੱਜੋ ਨਾ ਦਿਓ ਸਰ। ਔਰ ਫਰਮਾਉਂਦੇ ਨੇ ਕਿ ਤਾਂ ਕਿ ਮੈਂ ਆਮਾਲ ਨਾਮਾ ਜਿਹੜਾ ਆਪਣਾ ਹੈ, ਦੀਵਾਨਿਆਂ ਤੇ ਸ਼ਰੀਅਤ ਦੀ ਯਾਦ ਨਹੀਂ ਲੱਗਦੀ, ਮੈਂ ਉਹ ਵਿਖਾ ਹੀ ਨਾ ਸਕਾਂ। ਤੇ ਫਰਮਾਉਂਦੇ ਨੇ ਅਗਰ ਤੂੰ ਇੰਜ ਨਹੀਂ ਕਰ ਸਕਦਾ, ਇੰਜ ਮੈਨੂੰ ਤੂੰ ਨਹੀਂ ਕਰਦਾ, ਵੀ ਦੀਵਾਨਾ ਨਹੀਂ ਬਣਾਉਂਦਾ, ਫਿਰ ਕਿਆ ਕਰ? ਬਾਦ ਮੁਰਦਨ ਮੁਝੇ ਦੀਵਾਨਾ ਬਣਾ ਦੇ ਯਾ ਰੱਬ, ਤਾਂ ਕਿ ਮੈਂ ਆਮਾਲ ਦਿਖਾਹੀ ਨਾ ਸਕੂੰ। ਤੇ ਜੇ ਇੰਜ ਨਹੀਂ ਤਾਂ ਫਿਰ ਯਾ ਫਿਰ ਅਨਸਾਰ ਹੁਸੈਨੀ ਮੈਂ ਮੁਝੇ ਕਰ ਸ਼ਾਮਿਲ। ਉਹ ਕਿਉਂ ਬਈ? ਅਨਸਾਰ ਹੁਸੈਨੀ ਚ ਕਿਉਂ ਸ਼ਾਮਿਲ ਕਰ? ਅਨਸਾਰ ਹੁਸੈਨੀ ਸ਼ਾਮਿਲ ਕਰ, ਉਹ ਕਿਉਂ? ਤਵੱਜੋ। ਬਾਦ ਮੁਰਦਨ ਮੁਝੇ ਦੀਵਾਨਾ ਬਣਾ ਦੇ ਯਾ ਰੱਬ, ਤਾਂ ਕਿ ਮੈਂ ਆਮਾਲ ਦਿਖਾਹੀ ਨਾ ਸਕੂੰ। ਯਾ ਫਿਰ ਅਨਸਾਰ ਹੁਸੈਨੀ ਮੈਂ ਮੁਝੇ ਕਰ ਸ਼ਾਮਿਲ। ਕਿਉਂ? ਤਾਂ ਗੁਨਾਹਗਾਰੋਂ ਕੀ ਫਹਿਰਿਸਤ ਮੈਂ ਆਈ ਨਾ ਸਕੂੰ। ਹੱਥ ਖੜਾ ਕਰਕੇ ਨਾਰਾ ਨਾਰਾ ਹੈਦਰੀ, ਮੁਰਦਨ ਮੁਝੇ ਦੀਵਾਨਾ ਬਣਾ ਦੇ ਯਾ ਰੱਬ, ਤਾਂ ਕਿ ਮੈਂ ਆਮਾਲ ਦਿਖਾਈ ਨਾ ਸਕੂੰ। ਯਾ ਫਿਰ ਅਨਸਾਰ ਹੁਸੈਨੀ ਮੈਂ ਮੁਝੇ ਕਰ ਸ਼ਾਮਿਲ, ਤਾਂ ਗੁਨਾਹਗਾਰੋਂ ਕੀ ਫਹਿਰਿਸਤ ਮੈਂ ਆਹੀ ਨਾ ਸਕੂੰ। ਉੱਚੀ ਸਲਵਾਤ ਸਾਰੇ ਬੁਲੰਦ ਆਵਾਜ਼ ਨਾਲ। ਇੱਕ ਕਸੀਦਾ ਮੈਂ ਜਨਾਬ ਨੂੰ ਸੁਣਾਉਣ ਲੱਗਾ। ਬੜਾ ਕਸੀਦਾ ਜਨਾਬ, ਪੜ੍ਹੀਏ ਨਾ ਕਸੀਦਾ ਮੈਂ ਜਨਾਬ ਨੂੰ ਸੁਣਾਉਣ ਲੱਗਾ। ਤੁਸੀਂ ਹੱਥ ਖੜਾ ਕਰਕੇ ਨਾਰਾ ਯਾ ਅਲੀ ਦਾ ਮਾਰੋ, ਨਾਰਾ ਹੈਦਰੀ। ਸਾਡਾ ਇਹ ਜਿਹੜਾ ਰੌਲਾ ਪਿਆ ਹੈ ਨਾ ਦੁਨੀਆ ਉੱਤੇ, ਇਹ ਥੜੇ ਬਹਿ ਬਹਿ ਕੇ ਮਾਰਦੇ ਫਿਰਦੇ ਨੇ ਉਲਮਾ ਨੂੰ, ਸ਼ੀਆਂ ਨੂੰ, ਮਲੰਗਾਂ ਨੂੰ, ਜ਼ਾਕਰਾਂ ਨੂੰ। ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਖਤਮ ਕਰਨ ਦੀਆਂ। ਲੰਮਾ ਚੌੜਾ ਰੌਲਾ ਨਹੀਂ, ਗੱਲ ਸਿਰਫ ਇੰਨੀ ਹੈ, ਅਸੀਂ ਇਹ ਆਖਨੇ ਆ ਕਿ ਮੁਰਸ਼ਦ ਸਰਦਾਰ ਹੋਣਾ ਚਾਹੀਦਾ। ਘਬਰਾਏ ਤਾਂ ਨਹੀਂ ਬੈਠੇ? ਅਸੀਂ ਇਹ ਆਖਨੇ ਆ ਕਿ ਰਾਹਬਰ ਸਰਦਾਰ ਹੋਣਾ ਚਾਹੀਦਾ। ਅਸੀਂ ਇਹ ਆਖਨੇ ਆ ਕਿ ਪੀਰ ਸਰਦਾਰ ਹੋਣਾ ਚਾਹੀਦਾ। ਆ ਥਾਣੇ ਚੋਂ ਬੰਦਾ ਆ ਜਾ ਨਾ ਥਾਣੇ ਚੋਂ ਕਿਸੇ ਸਾਡੇ ਜਿਹਾ ਗਰੀਬ ਆਦਮੀ ਵੱਲ, ਤੇ ਸਿਪਾਹੀ ਆ ਕੇ ਫਿਰ ਥਾਣੇਦਾਰ ਦਾ ਨਾਂ ਨਹੀਂ ਲੈਂਦੇ, ਉਹ ਆਂਦੇ ਨੇ ਤੈਨੂੰ ਚੀਮਾ ਸਾਹਿਬ ਪੈ ਸੱਦ ਦੇਣ।
ਐਵੇਂ ਦਿੰਦਾ ਤੈਨੂੰ ਚੀਮਾ ਸਾਹਿਬ ਬੁਲਾਉਂਦੇ ਨੇ। ਉਸ ਮਸਕੀਨ ਦੇ ਪੈਰਾਂ ਥੱਲਿਓਂ ਭੋਇ ਨਿਕਲ ਜਾਂਦੀ ਏ, ਉਹ ਫਿਰ ਭੱਜ ਵਗਦਾ ਹੈ ਕਿਸੇ ਚੌਧਰੀ ਨੂੰ ਫੜਨ ਵਾਸਤੇ, ਪੀਰ ਅਜਮਲ ਸ਼ਾਹ ਨੂੰ ਨਾਲ ਲੈ ਚੱਲਾਂ, ਪੀਰ ਅਸ਼ਫਾਕ ਸ਼ਾਹ ਨੂੰ ਨਾਲ ਲੈ ਚੱਲਾਂ, ਫਲਾਣੇ ਸਰਦਾਰ ਨੂੰ ਬੰਦੇ ਨੂੰ ਨਾਲ ਲੈ ਚੱਲਾਂ, ਫਲਾਣੇ ਐਮ ਪੀ ਏ ਨੂੰ ਨਾਲ ਲੈ ਚੱਲਾਂ, ਫਲਾਣੇ ਐਮ ਐਨ ਏ ਨੂੰ ਨਾਲ ਲੈ ਚੱਲਾਂ। ਉਹ ਪਾਗਲਾ, ਉਹ ਅਕਲ ਦਿਆ ਅੰਨਿਆ, ਇਸ ਥਾਣੇਦਾਰ ਦੇ ਡਰ ਤੋਂ ਸਰਦਾਰ ਬੰਦਾ ਅੱਗੇ ਲਾਇਆ ਹੀ, ਖੁਦਾ ਦਾ ਕੋਈ ਡਰ ਨਹੀਂ। ਉਹ ਉੱਥੇ ਜਾਣ ਲੱਗਿਆ ਜੁਲਾਏ ਲਾ ਲੈ ਨੀ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ। ਸਾਰੇ ਜ਼ਮਾਨੇ ਦੇ ਵਲੀਆਂ ਤੋਂ ਪੁੱਛ ਲੈ, ਆਦਮ ਤੋਂ ਸਰਵਰ ਦਈ ਨਬੀਆਂ ਤੋਂ ਪੁੱਛ ਲੈ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ। ਮਿਹਰਬਾਨੀ ਜੀ, ਸਾਨੀ ਇਹਦੇ ਨਾਲ ਵੀ ਮਜ਼ੇਦਾਰ ਏ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ। ਸਾਰੇ ਜ਼ਮਾਨੇ ਦੇ ਵਲੀਆਂ ਤੋਂ ਪੁੱਛ ਲੈ, ਆਦਮ ਤੋਂ ਸਰਵਰ ਦੇ ਨਬੀਆਂ ਤੋਂ ਪੁੱਛ ਲੈ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ। ਮੇਰਾ ਵੀ ਮੌਲਾ ਲੱਖਾਂ ਸਾਹਬਾਂ ਵਿੱਚ ਹਜ਼ਰਤ ਉਮਰ ਨੇ ਕੀਤਾ ਹੋਇਆ ਇਕਰਾਰ ਤੈਨੂੰ ਕਿਵੇਂ ਸਮਝਾਵਾ। ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ, ਸਭ ਦਾ ਅਲੀ ਏ ਸਰਦਾਰ ਤੈਨੂੰ ਕਿਵੇਂ ਸਮਝਾਵਾ। ਮੇਰਾ ਵੀ ਮੌਲਾ ਏ ਜ਼ਖੀਰੇ ਖੁਮ ਦੇ ਲੱਖਾਂ ਸਾਹਬਾਂ ਵਿੱਚ ਹਜ਼ਰਤ ਉਮਰ ਨੇ ਕੀਤਾ ਹੋਇਆ ਇਕਰਾਰ ਤੈਨੂੰ ਕਿਵੇਂ ਸਮਝਾਵਾ। ਪੰਜੀ ਤਰੀ ਬੰਦੇ ਇਕੱਠੇ ਹੋਏ, ਆਪਸੀ ਮਸ਼ਵਰਾ ਕੀਤਾ ਨੇ, ਇੱਕ ਬੰਦਾ ਜਿਉਂਦਾ ਕਫਨ ਚ ਪਾਓ, ਅਲੀ ਕੋ ਲੈ ਚੱਲੋ, ਅਲੀ ਨੂੰ ਆਖੋ ਜਨਾਜ਼ਾ ਪੜ੍ਹਾ,